ਸਤਿ ਸ਼੍ਰੀ ਅਕਾਲ ਜੀ। ਅੱਜ ਬੈਠਾ ਭਾਈ ਇਕੱਲਾ ਹੀ ਮੈਂ, ਹੁਣ ਮੀਂਹ ਹਟਿਆ, ਹੁਣ ਮੀਂਹ ਪਿਆ ਨਹੀਂ ਹੁੰਦਾ, ਮਾੜਾ ਮੋਟਾ ਹੀ ਪਿਆ ਹੈ। ਗਿੱਲੇ ਜਿਹਾ ਕਰਿਆ ਪਈਆਂ ਪਈਆਂ ਜਿਹਾ ਗਿੱਲੀਆਂ ਕਰਤੀਆਂ, ਮੱਛਰ ਜਿਹੜਾ ਸੁੱਤਾ ਪਿਆ ਉਹ ਠੰਡ ਅੱਜ ਨਿਕਲਿਆ ਹੁੰਦਾ, ਨਹੀਂ ਸਾਲਾ ਲੋਕ ਜੀ ਨਹੀਂ ਨਿਕਲਦਾ ਹੈ ਵੀ ਹੈ ਕਿ ਨਹੀਂ, ਹੁਣ ਨਿਕਲਣਾ ਤਾਂ ਠੰਡਾ ਜਿਹਾ ਹੋ ਗਿਆ ਮਾੜਾ ਜਿਹਾ ਮੌਸਮ ਯਾਰ। ਕਾਲੇ ਦਾ ਗੰਨਾ ਮਾੜਾ ਹੀ ਲੱਗਦਾ ਮੈਨੂੰ, ਕੁਛ ਨਹੀਂ ਗੰਨਾ ਹੈਗਾ ਇਹਦਾ ਸਾਡੇ ਹਿਸਾਬ ਨਾਲ, ਗੰਨਾ ਹੋ ਜਾਣਾ ਇਹਦਾ ਕੱਖ ਬਹੁਤ ਦੇ ਵਿੱਚ ਮੈਂ ਤਾਂ ਦੇਖ ਗਿਆ ਜਾ ਕੇ, ਰੇਵਾ ਕੰਮ ਕਰਦੀ ਹੈ ਦਵਾਈ, ਰੇਵਾ ਰਲਾ ਕੇ ਸਿੱਟਦੀ ਉਹ ਦਹੀਂ ਸਾਤੇ ਉੱਪਰ ਜਾਣਾ ਦੇਖੀ ਇਹਨੇ ਨਹੀਂ ਜਾਣਾ ਹੈਗਾ ਸਾਤੇ ਉੱਪਰ, ਸਾਤੇ ਉੱਪਰ ਨਹੀਂ ਜਾ ਸਕਦਾ ਇਹ, ਸਾਡੇ ਉੱਪਰ ਸਾਡੇ ਵਾਲੇ ਗੰਨੇ ਦੇ ਉੱਪਰ ਤਾਂ ਬਹੁਤ ਔਖਾ ਜਾਊਗਾ, ਸਾਡੇ ਗੰਨੇ ਦੀ ਸੇਵਾ ਪਤਾ ਕਿੰਨੀ ਹੋਈ ਹੈ ਪਈ ਹੋਵੇ ਸੇਵਾ, ਹਾਂ ਜ਼ਮੀਨ ਦਾ ਫਰਕ ਹੈ, ਗੰਨਾ ਪਹਿਲੀ ਵਾਰ ਲੱਗਿਆ ਉਹ ਇੱਥੇ ਪਤਾ ਕਿਆ ਗੱਲ ਹੋਣੀ ਆ, ਹੁਣ ਜ਼ਮੀਨ ਦਾ ਫਰਕ ਬੇਸ਼ੱਕ ਹੈ ਵੀ ਨਿਆਈ ਦੀ ਜ਼ਮੀਨ ਹੈ, ਇਹ ਖੇਤ 'ਚ ਹੁਣ ਪਾਣੀ ਖੜਨਾ ਹੈ, ਪਾਣੀ ਦੀ ਮਾਰ ਪੈਣੀ, ਸਾਲ 'ਚ ਪਾਣੀ ਦੀ ਮਾਰ ਪੈਣੀ ਇਹਨੂੰ, ਇਹ ਤਾਂ ਹੁਣ ਮੰਨ ਲੈਂਦਾ ਪੂਰਾ ਵਧੀਆ, ਤਾਂ ਇਹਨੂੰ ਪਾਣੀ ਦੀ ਮਾਰ ਪੈਣੀ ਓ ਪੈਣੀ ਆ, ਹੁਣ ਜਾਂ ਪ੍ਰਸਾਦ ਵਾਲੇ ਇੱਥੇ ਪਾਣੀ ਸੁੱਕਰ ਦਾ ਤਾਂ ਹੈ ਨਹੀਂ, 3 ਮਹੀਨੇ ਹੈ ਕਿ ਨਹੀਂ, ਫਰਕ ਤਾਂ ਪੈਂਦਾ ਹੀ ਆ ਉਹਦਾ, ਇੱਕ ਕੱਖ ਹੈ ਕੱਖ ਨਾ ਹੋਰ ਮੱਲਣਾ ਸਾਲੇ ਦਾ ਮੀਂਹ 'ਤੇ, ਇਹਨੂੰ ਮੈਂ ਕਹਿਦਾ ਮੈਂ ਇਕੱਲੇ ਇਕੱਲੇ ਸਿਆੜਾ ਮਾਸ ਪਰੇ ਕਾਰਜ ਕਰਨੀ ਹੈ, ਤਸੱਲੀ ਨਾਲੇ ਕੰਮ ਚੱਲਦਾ ਜੀ ਕਰਨਾ, ਜੇ ਹੁਣ ਨਿਬੇੜਨੇ ਵਾਲੀ ਕੰਮ ਕਰਨਾ ਫਿਰ ਤਾਂ ਇਹ ਕੋਈ ਮਰਜ਼ੀ ਕਰੀ ਆ, ਸਹਿਯੋਗ ਦਾ ਕਹਿੰਦਾ ਠੀਕ ਹੈ, ਇਹਨੂੰ ਬੂਟਿਆਂ ਵਾਲਾ ਇਹਦਾ ਕਹਿੰਦਾ ਠੀਕ ਹੈ, ਇਹਨੇ ਕਿਹੜੀ ਸੇਵਾ ਕਰੀ ਦੱਸ ਮੈਨੂੰ, ਇਹਦੇ ਇਹਦੇ ਸੇਵਾ ਰੇ ਪਰ ਪੁੱਛ ਨਹੀਂ ਕਿਆ ਵਾਰੀ ਪਾਤਾ ਉਹਨੇ ਇਹਦੇ 'ਚ, ਗੰਨੇ ਦਾ ਪਾਣੀ ਦੂਆ ਲੈ ਦੂਏ ਪਾਣੀ ਦੇ ਕਰਨਾ ਤਾਂ ਸਭ ਤੋਂ ਬੂਟੀ ਲਿਆਉਂਦਾ ਸਾਲਾ, ਮੈਂ ਕੱਖ ਵੀ ਨਹੀਂ ਕਰਿਆ ਮੈਂ ਕਹਿੰਦਾ, ਹਾਂ ਉਹ ਨਹੀਂ ਕਰਿਆ ਸਾਡੇ ਤਾਂ, ਉੱਥੇ ਕਿਹੜੀ ਬੂਟੀ ਹੁੰਦੀ ਜਿਹੜੀ ਆ ਟੋਭੇ 'ਚ ਬੂਟੀ ਹੁੰਦੀ ਉਹ ਉਹਦਾ ਹੀ ਬੀਜ ਗਿਆ ਸਾਲੀ ਦਾ, ਉੱਥੇ ਸਾਰੇ ਖੇਤ 'ਚ ਹੋ ਜਾਂਦੀ ਆ ਉਹ, ਆਇਆ ਆਇਆ ਜਾ ਲਿਆ ਉੱਧਰ, ਹਾਂ ਦੇਖੀ ਡੱਬਾ ਜਾ ਕੀ ਆਉਂਦਾ ਹੈ, ਕਾਫੀ ਡੱਬਾ ਆਇਆ ਅੱਜ ਇੱਕ, ਹਾਂ ਚੱਕਣਾ ਔਖਾ ਹੋ ਜਾਂਦਾ ਫੋਨ ਆਉਂਦੇ, ਕਈ ਕਈ ਮੋਟਰਸਾਈਕਲ ਫਿਰ ਚੱਕ ਨੀ ਹੁੰਦਾ ਯਾਰ, ਠੀਕ ਹੈ ਕੰਨ 'ਚ ਨੀ ਫਸਾ ਕੇ ਤੁਰ ਹੁੰਦਾ ਹੈਗਾ, ਗਿਰਨੇ ਡਾਲਾ ਤਾਂ ਫਿਰਦਾ, ਵੀ ਆਹ ਸਮਾਨ ਆਇਆ ਹੁਣ ਇਹਦਾ ਪਤਾ ਲੱਗਦਾ ਨਹੀਂ ਕਿਆ ਕੁਛ ਹੈ, ਗੱਗੇ ਨੇ ਦੱਸ ਦੇਣਾ ਜਾਂਦੇ ਦਾ ਕਿਆ ਲੱਗਣਾ, ਕਹਿ ਰਹਾ ਗੱਗੇ ਨੂੰ ਦਿਖਾਉਂਗਾ ਇੱਕ ਨਾ ਲੱਗਣਾ ਇਹ, ਆਹ ਕਿਆ ਰੰਗਾਂ ਵਾਲੀ ਚੀਜ਼ ਹੈ, ਹੈੱਡਫੋਨ ਐਪਲ ਦੇ, ਹੈੱਡਫੋਨ ਤਾਂ ਇਹ ਚਲਾ ਦੇ, ਉਹ ਐਪਲ ਦੇ ਹੈੱਡਫੋਨ ਆ, ਉਹ ਆ ਵੀ ਹੈੱਡਫੋਨ ਕੇ ਕੇਸ ਆ, ਉਹ ਕੇਸ ਇਹਦਾ ਉੱਪਰ ਹੈ ਕਵਰ, ਕਵਰ ਜੇ ਹੈ ਕੇਸ ਆ, ਉਹ ਆ ਵੀ ਕਵਰ ਹੈ ਫਿਰ, ਹੈ ਆ ਫੋਨ ਦਾ ਕਵਰ ਹੈ, ਕਵਰ ਜੇ ਉਹ ਆਈ ਕਨਸੈਪਟ ਹੈ, ਉਹ ਹੀ ਆ ਐਪਲ ਦਾ ਸਟੋਰ ਹੈ, ਕਵਰ ਹੈ ਤਾਂ ਦੇਖੇਂਗੇ, ਕੇਸ ਆ ਕੇਸ, ਹੈੱਡਫੋਨ ਕੱਢ ਕੇ ਜੀ ਪਾਲਾ ਕੇਸ, ਉਹ ਵੀ ਆ ਇਹ ਡੱਬੇ ਨੂੰ ਲੱਗੀ ਫਿਰ ਲੱਗੀ ਹੈ, ਇਹ ਜੇਬ ਨੂੰ ਬੰਨਣ ਨੂੰ ਪੁੱਛੀ ਜਾ ਲੋੜ ਨਹੀਂ, ਡੱਬੀ ਦਾ ਕੰਮ ਮਤਲਬ ਲੈਦਾ ਯਾਰ, ਆ ਖੋਲ ਯਾਰ, ਜੇ ਤੇ ਗੇਜ ਪਾਉਣੇ ਤੇ ਕੱਢ ਕੇ ਇੱਦਾਂ ਹੀ ਛੱਡੂਗਾ ਉਹਨੂੰ, ਉਹ ਦੱਸਦਾ ਉਹ ਖੋਲ ਡੱਬੀ ਖੋਲ ਦੋ ਜੀ, ਆ ਖੋਲ ਦੀ, ਆਹਾ ਆ ਕੱਢ ਜਿਸ ਹੈੱਡਫੋਨ ਪਾਇਓ ਕੱਢ, ਆਹੀ ਦਾ ਚਾਰਜਰ ਹੈ ਉਹ, ਹੈੱਡਫੋਨ ਕੱਢ, ਹੈੱਡਫੋਨ ਕਿੱਦੋਂ ਨਿਕਲਣਾ ਇਹ, ਇਹ ਜੇ ਪੈਕਿੰਗ ਹੈ ਬਹੁਤ ਹੈ, ਹੁਣ ਡੱਬੀ ਵੀ ਪਾ ਵਿੱਚ ਉਹਦੇ, ਪਾ ਵਿੱਚ ਡੱਬੀ ਦੇ, ਇਹਦੇ ਵਿੱਚ, ਹਾਂ ਇਹਦੇ ਵਿੱਚ ਪਾ, ਡੱਬੀ ਵਿੱਚ ਉਹ ਪੈ ਗਈ, ਹੁਣ ਲਾ ਢੱਕਣੇ ਨੂੰ ਮਾਸਟਰ ਦੀ ਫਿਰ ਆਪਾਂ ਸਮਾਨ ਕੱਢ ਪਹਿਲਾਂ ਇਹਨੂੰ ਗੇਰ ਪਹਿਲਾਂ ਪੱਟ ਪੱਟ ਟੁੱਟ ਕੇ ਸਾਰਾ ਨਿਕਲੇ
ਮਰਜ਼ੀ ਤੇਰੀ ਦੋ ਦਾ ਦੋਰਾ ਇੱਕ ਨਿਕਲ ਲਾ ਤੇ ਤੇਰੀ ਮਰਜ਼ੀ ਜੇ ਆਵਾਜ਼ ਦੋ ਤੇ ਬਣਦੀ ਇੱਕ ਤੇ ਬਣਦੀ ਹੈ ਇੱਕ ਕਰ ਵੀ ਸੁਣ ਜਾਣਾ ਯਾਰ ਸੁਣਨਾ ਚਾਹੀਦਾ ਬਸ ਸਾਨੂੰ ਵੀ ਫੋਨ ਜੇਬ 'ਚ ਰਹੇ ਬਸ ਐ ਨਹੀਂ ਮਸਲੇ ਐਕਟੀਵੇਟ ਹੋਣੇ ਹੈਗੇ ਲੋ ਜੀ ਮੈਂ ਐਕਟੀਵੇਟ ਕਰਕੇ ਫੇਰ ਸਾਨੂੰ ਦੱਸਦਾ ਹੁਣ ਏਅਰਪੋਰਟ ਕਰਦੇ ਬਾਈ ਸੈੱਟ ਮਸਲ ਦੇ ਹੁਣ ਠੀਕ ਆ ਲੱਗ ਗਿਆ ਪਤਾ ਹੁਣ ਮਸਲ ਹਾਂ ਲੱਗ ਗਿਆ ਪਤਾ ਹੁਣ ਬਸ ਮਸਲੇ ਹੁਣ ਇਹਨੇ ਕਿਤੇ ਕਿਤੇ ਜਲ ਲਾਉਂਦੇ ਨੇ ਇਹਨੂੰ ਜਦ ਵੀ ਬੋਲਦਾ ਇਹ ਬਾਕੀ ਪਹਿਲਾਂ ਆਪਾਂ ਨੂੰ ਬਟਨ ਦਾ ਇਹਦਾ ਪਤਾ ਲੱਗ ਗਿਆ ਹੁਣ ਬਟਨ ਦਾ ਪਤਾ ਲੱਗ ਗਿਆ ਵੀ ਇੱਥੇ ਬਟਨ ਇਹਦਾ ਜਦ ਆ ਗਿਆ ਹੋਇਆ ਤਾਂ ਆਪਣਾ ਵਾ ਕੰਨ ਕੋਲ ਤੇ मैनूं पम्मे ने शक पाती कहिंदा वी ओही ते चलदे नहीं हैगे आईफोन चलदे मैं चाहुंदा रहिंदा मेरा पए नहीं हैगे ਬੋਟ ਕੰਪਨੀ ਆ ਮੈਂ ਤੇ ਕਿਸੇ ਨੂੰ ਫੇਰ ਪੁੱਛ ਲਿਓ ਹੋਇਆਗਾ ਉਹਨੂੰ ਕਹਿ ਹੋਗਾ ਬੋਟ ਕੰਪਨੀ ਦੇ 1200 ਰੁਪਏ ਦੇ ਆ ਹਾਂ ਵਧੀਆ ਉਹ ਕਹਿੰਦੇ ਇਹੀ ਚੱਲਣੇ ਆਈਫੋਨ ਦੇ ਨਾਲੇ ਉਹਦੇ ਸਿਸਟਮ ਆਇਆ ਵੀ ਹੱਥਾਂ ਦਾ ਇਸਤੇਮਾਲ ਆਉਣਾ ਰੋਕਿਆ ਬਥੇਰਾ ਮੈਂ ਤਾਂ ਕਾਹਨੂੰ ਸਮਝਦਾ ਜ਼ਿਆਦਾ ਪੈਸੇ ਲਾਤੇ ਹੈ ਤਾਂ ਕਿਤੇ ਨਹੀਂ ਚੱਲ ਕੋਈ ਚੱਕਰ ਨਹੀਂ ਹੈਗਾ ਹੁਣ ਦੇਓ ਭਾਈ ਵਧਾਈਆਂ ਹਨ ਮਾਸਟਰ ਨੂੰ ਦੇ ਫੋਨ ਆ ਗਿਆ ਹੁਣ ਭਾਈ ਚੱਕ ਲੈ ਭਾਈ ਲੈ ਇਹ ਆ ਲੈ ਭਾਈ ਚੱਕ ਹੋ ਗਿਆ बोल हो जाता फोन आया अच्छा सुन लिया ਇੱਕ ਵੀਵੋ ਦਾ ਇੱਕ ਓਪੋ ਦਾ ਵਧੀਆ ਚੱਲਦੇ ਸੀ ਨਾ ਫੇ ਵੀਡੀਓ ਨਹੀਂ ਤਾਂ ਬਣਨੀ ਤੇ ਮਾਂ ਕੁਆਲਿਟੀ ਦੀ ਬਣਾਈ ਜਾਣੀ ਸੀ ਯਾਰ ਗੱਗੇ ਨਾਲ ਕੁਆਲਿਟੀ ਸਾਰੀ ਵਧੀਆ ਇਹਦੀ ਹੈ ਕੁਆਲਿਟੀ ਤਾਂ ਹੈਗੀ ਬਾਈ ਉਹ ਮਰਜ਼ੀ ਆ ਕੁਆਲਿਟੀ ਦੇਖੀ ਜਾਂਦੀ ਹੁਣ ਮੇਰੀ ਗੱਲ ਸੁਣ ਗੱਗਾ ਜਾਂ ਬਾਹਰ ਹੁੰਦਾ ਹੈ ਫਿਰ ਔਖਾ ਹੁੰਦਾ ਕੰਮ ਇੰਨੇ ਥੋੜਾ ਕੰਮ ਹੋਲਦਾ ਜਾਨੂੰ ਗੱਗਾ ਹੁੰਦਾ ਸਾਡਾ ਮੇਰੀ ਗੱਲ ਤੂੰ ਕੱਦੂ ਪਾਤ ਸਾਡਾ ਕੱਦੂ ਪਿਆ ਹੀ ਨਹੀਂ ਗਿਆ ਮੈਂ ਤਾਂ ਅੱਛਾ ਸਾਡਾ ਕੱਦੂ ਇਹ ਨਹੀਂ ਪਿਆ ਇਹ ਗਿਆ ਪਤਾ ਕਿਤੇ ਸਾੜਿਆਂ ਨੇ ਕਿਆ ਬਣਾਉਣਾ ਸੀ ਇਹਨੇ ਸਾੜਿਆਂ ਨੇ ਕਿਆ ਬਣਾਉਣੀ ਸੀ ਕਿਹੜਾ ਕੁਆਲਿਟੀ ਦੀ ਬਣਨੀ ਸਾਨੂੰ ਬਾਈ ਨਹੀਂ ਇੰਨਾ ਪਤਾ ਵੀ ਕੁਆਲਿਟੀ ਦਾ ਪਤਾ ਇਹਨਾਂ ਨੂੰ ਕੁਆਲਿਟੀ ਕਿਆ ਚੀਜ਼ ਹੈ ਅਜੇ ਤੱਕ ਵੀਡੀਓ ਬਣਾਉਣੇ ਵਾਲੇ ਆ ਵੀ ਅੱਜ ਹੁਣ ਅੱਜ ਮੈਂ ਬਣਾਉਣੀ ਸੀ ਇਹਨਾਂ ਦੀ ਯਾਰ ਸਮਾਪਤੀ ਕਰਨ ਲੱਗੇ ਕੀਲੇ ਜਾਂ ਮੀਂਹ ਪੈਣ ਲੱਗ ਗਿਆ ਆਹੋ ਫਿਰ ਮੀਂਹ 'ਚ ਬਣੀ ਹੈਗੀ ਮੌਸਮ ਜਾਂ ਨਹੀਂ ਵਧੀਆ ਰਿਹਾ ਅੱਜ ਵੀ ਠੰਡਾ ਰਿਹਾ ਕੀਲਾ ਤੇਰਾ ਲਾਤਾ ਉਧਰ ਉੱਥੇ ਲੱਗ ਗਿਆ ਕੀਲਾ ਹੁਣ ਉੱਧਰ ਇੱਧਰ ਲੱਗਿਆ ਉਹੀ ਲਾਇਆ ਇੱਥੇ ਲਾਉਣਾ ਬਈ ਹੈਗੇ ਤੇ ਬੜੇ ਹੋਏ ਅੰਦਰ ਉਹਦੇ ਤਾਂ ਇੱਕ ਫਾਂਟ ਲੱਗ ਆਇਆ 13 ਕੁ ਬੱਚੇ ਕੁੱਟੀਆਂ ਬਸੀਆਂ ਬੰਦੀਆਂ ਨਾ ਵਾ ਬਾਕੀ ਉਹਨੂੰ ਪਨੀਰੀ ਪੱਟਣੀ ਇਹਨਾਂ ਨੇ चार बीघे हिसाब होना चाहिए 80 कुटिया लगियां जगदीप दे पनीरी मोटी दे बरीक भी हैगी सही लगियां मैनूं इह तां कहिंदा 50 लगणे दूआ फिर इन्हें 60 कुटियां रख गए 60 ले
ਚੱਲ ਮੈਂ ਜਾਂਦਾ ਹੋਇਆ ਪੰਜ ਇਹਨਾਂ ਦੀਆਂ ਹੋਰ ਚੱਕ ਲੇਗਾ ਇੱਥੇ ਪਰਾਂ ਰੱਖਿਆ ਤੇ 20 ਮੰਗ ਦੇ ਘੱਟ ਵਧਣ ਜਾਵੇ ਪੂਰੀਆਂ ਪੈਂਹਠ ਗੁੱਟੀਆਂ ਲੱਗੀਆਂ ਉੱਥੇ ਨਾ ਹੋਵੇ ਇੱਕ ਮੁੱਠੀ ਵੀ ਨਹੀਂ ਬਚਾ ਕੇ ਆਏਗਾ ਸਹੀ ਲਾਈ ਪੈਂਸਠ ਹੱਥ ਕੇ ਲਗਾ ਉਸ ਤੋਂ 85 ਲਗਾ ਹੈ ਉਸ ਤੋਂ 1.25 ਲੱਖ ਦਾ 6 ਵਿਘਾ ਅੱਛਾ ਫੇਰ ਠੀਕ ਹੈ ਉਹ 6 ਵਿਘਾ ਖੇਤ ਹੈ ਠੀਕ ਹੈ ਠੀਕ ਹੈ ਫੇਰ ਵਧੀਆ ਠੀਕ ਹੈ ਸਿੱਧਾ ਪਨੀਰੀ ਨਾਲ ਤੇ ਬਹੁਤ ਅਗਰ ਚਾਈ ਹੈ ਪਨੀਰੀ ਤਾਂ ਕਰੀ ਆਉਂਦੀ ਹੈ ਪਨੀਰੀ ਉਸ ਕੋ ਮੋਟਾ ਹੈ ਆਪ ਕੋ ਬਰੀਕ ਹੈ डका लगेगा दो तीन डके है इन्हें बरीक का भी एक डका लाना जो छोटा भी छोटा ही ला देना डका हो नहीं लाना ना चाहिए ज्यादा बरीक ना चाहिए ज्यादा मोटी दरमियाना दरमियाना चाहिए यार ये जब बीजी की पहला मौसम देखा ठीक हो गया बीज की दस कबा शाम बदल चढ़ के पता क्या मी पैगा आसनी भी चल चल पी हो बीजी भी भी किलो भी बीजता उधर यह गिर फिर अज कि कल गिर चल शाम छिटे ਵਧੀਆ ਮੈਂ ਵੀ ਹੁਣ ਚਾਰ ਕੁ ਦਿਨ ਤੱਕ ਗਿਰੂੰਗਾ ਜੜ ਜੀ ਮੜ ਜਾ ਮੜ ਜਾ ਸਾਡੇ ਤਾਂ ਹੋਗੇ ਤਿੰਨ ਚਾਰ ਦਿਨ ਨਾ ਹਾਂ ਹਾਂ ਤੁਹਾਡਾ ਤਾਂ ਹੋ ਗਿਆ ਹੁਣ ਤਿੰਨ ਚਾਰ ਦਿਨ ਬਾਅਦ ਛਿੜਨਾ ਚਾਹੀਦਾ ਧੱਕਾ ਜਾਰੀ ਫੋੜਦਾ ਪੈਰ ਨਾਲ ਪਾਣੀ ਵੀ ਨਹੀਂ ਇੰਨਾ ਬਹੁਤਾ ਪਾਉਣਾ ਪਾਣੀ ਹਿਸਾਬ ਦੇ ਰੱਖਿਆ ਕਰਨਾ ਪਾਣੀ ਹਿਸਾਬ ਦੇ ਅਸੀਂ ਵੀ ਹਿਸਾਬ ਦੇ ਰੱਖਿਆ ਕਰਨਾ ਹੁਣ ਮੇਰੇ ਇੱਥੇ ਮੀਂਹ ਕਰਕੇ ਥੋੜ੍ਹਾ ਜਿਹਾ ਪਾਣੀ ਵੱਧ ਗਿਆ ਹੁਣ ਡੱਟ ਗਿਆ ਮੈਂ ਪਿਆ ਨਹੀਂ ਹੈਗਾ ਮੈਡਮ ਪਾਪਾ ਭਾਈ ਜੀ ਯਾਰ ਖਾਸਾ ਕਰ ਲਿਆ ਜਿਹੜਾ ਹਾਂ ਪਾਣੀ ਵਾਲੇ ਵਿੱਚ ਜਦ ਪਾਣੀ ਰਲਦਾ ਫਿਰ ਵਧ ਜਾਂਦਾ ਨੱਕੇ ਮੈਂ ਨੀਵੇਂ ਕਰ ਜਾਂਦੇ ਵੀ ਜਿਹੜਾ ਹੁਣ ਪਾਣੀ ਉੱਪਰ ਟੱਪਣ ਲੱਜੋ ਜਿਹੜਾ ਫਾਲਤੂ ਹੋਵੇ ਠੀਕ ਹੈ ਪਰ ਲੱਗਦਾ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਦੱਸਦੇ 70% 80% ਧੁੱਪ ਦਾ ਹੈਗਾ ਧੁੱਪਾ ਨਿਕਲੇ ਹੁਣ ਤਾਂ ਉਹ ਅੱਜ ਵੀ ਗਏ ਤੇ 70 ਮੈਂ ਕਿਹੜਾ ਮੀਂਹ ਪਿਆ 10 12 ਦਿਨ ਲਗਾਤਾਰ ਦੱਸਿਆ ਵਾ ਮੀਂਹ ਮੈਨੂੰ ਲੱਗਦਾ ਪਊਗਾ ਆਪਣੇ ਯਾਰ ਇੰਨੇ ਦਿਨ ਲੱਗ ਗਏ ਪਊਗਾ ਮੀਂਹ ਤਕੜਾ ਇਦਾਂ ਤਾਂ ਆਤੀ ਗੱਲ ਹੈ ਤੇਰਾ ਪੈਣਾ ਹੀ ਨਹੀਂ ਤੇਰਾ 10 12 ਦਿਨ ਤਾਂ ਲੱਗ ਗਏ ਮੀਂਹ ਪੈਣੇ ਨੂੰ ਆਹੋ ਉਹ ਵੀ ਦੱਸਿਆ ਵਾ ਤਾਂ ਪਏ ਨਹੀਂ ਹੈ ਕਿੱਥੇ ਉਸ ਮੋਟਰ ਪਰ ਹਰ ਹਮ ਲੋਕ ਦਾ ਪਾਣੀ ਡੁੱਬ ਜਾਂਦਾ ਹੈ ਉੱਥੇ ਪਾਣੀ ਡੁੱਬ ਜਾਂਦਾ ਹੈ ਯਹਾਂ ਅਜੇ ਪਾ ਜਾਣਾ ਤੁਹਾਨੂੰ ਉੱਪਰ ਇੱਕ ਹੋਰ ਸੁਣ ਲੈ ਇਹ ਕਹਿੰਦਾ ਬਿਹਾਰ ਦੇ ਆਪਣਾ ਮੇਰੀ ਗੱਲ ਸੁਣ ਲਓ ਪਿਆ ਪਤਾ ਹੈਗਾ ਹੀ ਆ ਹਾਂ ਆਪਣਾ ਬੋਰੀ ਭਿੱਤਰੇ ਦੇਖੋ ਟ੍ਰੇਲਾ ਖੜਾ ਆਪਣੇ ਵਿੱਚ ਰੱਖ ਲਿਓ ਜੇ ਜਿੱਥੇ ਪਾਣੀ ਆ ਗਿਆ ਰੋਟੀ ਗੁਰਦੁਆਰੇ ਜਾਈ ਜਾਇਓ ਜਿੱਥੇ ਮਰਜੀ ਗਾ ਮੰਜੇ ਉਰੇ ਪਏ ਆ ਜਿੱਥੇ ਮਰਜੀ ਪੈ ਗਏ ਆ ਕੇ ਰੋਟੀ ਵੀ ਬਣਾ ਲਿਓ ਹਾਂ ਕਹਿੰਦੇ ਬਿਹਾਰ ਦੇ ਵਿੱਚ ਸੋਕਾ ਪਿਆ ਹੋਇਆ ਹਾਂ ਕਿਣੀ ਵੀ ਨਹੀਂ ਪਈ ਕੋਈ ਫਸਲ ਵੀ ਨਹੀਂ ਹੋਈ ਹੈਗੀ ਕਹਿੰਦੇ ਧੱਕੋ ਥੋੜੇ ਨੂੰ ਉਧਰ ਨੂੰ ਫਿਰ ਇਹਨੂੰ ਆਉਣਾ ਤਾਂ ਉਧਰ ਦੀ ਸਾਡੇ ਕਿੰਨੀ ਜਾਣਾ ਹੁਣ ਮਾਸ ਜਾਂ ਤੁਹਾਡੇ ਡੁੱਬਣਾ ਉਧਰ ਫੇਰ ਸਾਡੇ ਬਾਅਦ ਮਾ ਲਵਾਂ ਮੀ ਭਾਈ ਇੱਕ ਨੇ ਕਹਿੰਦਾ ਡੋਬਾ ਕਿਤੇ ਸੋਕਾ ਜਾਨੀ ਆਪਣੇ ਤਾਂ ਫੇਰ ਵੀ ਵਧੀਆ ਰਿਹਾ ਯਾਰ ਆਪਣੇ ਜਿਹੜਾ ਆਹ ਛਿੜਕਾ ਦੋ ਤਿੰਨ ਦਿਨ ਹੋ ਗਏ ਪੈਂਦੇ ਨੂੰ ਗੰਨਿਆਂ ਨੂੰ ਫਾਇਦਾ ਕਰ ਗਿਆ ਗੰਨਿਆਂ ਨੂੰ ਫਾਇਦਾ ਕਰਿਆ ਉਹਦੇ ਪਹਿਲਾਂ ਯਾਰ ਸੋਹਣਾ ਪਿਆ ਆਪਣੇ ਜਾਂ ਪਨੀਰੀਆਂ ਚ ਬੀਜੀਆਂ ਵੀ ਉਹਨਾਂ ਨੇ ਠੰਡ ਤਾਂ ਘਰੇ ਵੀ ਦੀ ਗਰਮੀ ਤਾਂ ਆ ਦਿੰਦੀ ਆਉਣ ਦਿੱਤੀ ਹੈਗੀ ਆ ਦੋ ਕੁ ਦਿਨ ਗਰਮੀ ਪਈ ਹੈ ਜਿਹੜੀ ਪਈ ਆਪਣੇ ਆ 10 ਤਰੀਕ ਨੂੰ ਦੱਸਦੇ ਮਾਂ ਤੁਹਾਨੂੰ ਬਣਾਉਣ ਆ ਜਣੀਆਂ ਵਧੀਆ ਅੱਜ ਅਖਬਾਰ ਵੀ ਦੱਸਿਆ ਹੋਇਆ ਓਏ ਮੰਨ ਜਾਣੇ ਆ ਫਾਲਤੂ ਕੀ ਕਰਨਾ 15 ਦਿਨ ਕੱਢਣ ਤੇ ਦੋ ਮਿੰਜਾ ਮੁੰਜਾ ਕੋਈ ਨਹੀਂ ਹੈਗਾ ਮਿੰਜੇ ਤਾਂ ਸਾਡੇ ਨਹੀਂ ਪੂਰੇ ਹੁੰਦੇ ਉਰੇ ਆ ਪਿਆ ਚੱਕ ਲੈ ਜਾ ਦੇ ਫੜਾ ਹਾਂ ਹਾਂ मिंजे ले जाए लेके जाने पर सवेर छत जाए अब कि रात नू पैना रोटी रोटी खाने मच्छर तंग करी जाता मच्छर लाइट मोटर उपर पैसे करो उपर कोठे थले सप सपूल चढ़ा रहा हूं अंदर मिंजा कल मौसम ठंडा फक नहीं पिया अंदर इना फक हो गया लाइट नहीं बदी भाई नहीं चलिया मीटर को पिछे हो जाए लाइट नहीं है खिचूगा चल स्टेबल नहीं है कई बार 80 चले जाती है पिछे या 150 वा 150 खड़ी रहे
ਫਿਰ ਚਲੀ ਜਾਂਦਾ ਸੀ ਹੁਣ ਦੋ ਵਜੇ ਸਾਡੇ ਜੀ ਪਹਿਲਾਂ ਤਾਂ ਫਿਰ ਦੋ ਤਿੰਨ ਦਿਨਾਂ ਦੇ ਹੋ ਗਏ ਫਿਰ ਇੱਧਰ ਦੇਵ ਦੇ ਹੋ ਗਿਆ ਉਲੀ ਦੇ ਲੈਟ ਖਤਮ ਹੋ ਜਾਂਦੀ ਹੈ ਲੈਟ ਸਟੇਬਲ ਰਹੇ ਜਿੰਨੀ ਮਰਜ਼ੀ ਰਹੇ ਫਿਰ ਚੱਲ ਜਾਂਦਾ ਸੀ ਨਹੀਂ ਚੱਲਦਾ ਯਾਰ ਅੱਜ ਸਭ ਦੇ ਏਸੀ ਬੰਦ ਆ ਅੱਜ ਵੀ ਲੈਟ ਪੂਰੀ ਨਹੀਂ ਮੇਰੇ ਤਾਂ ਤੁਹਾਡੇ ਫਿਰ ਕੇਬਲ ਜ਼ਿਆਦਾ ਦੂਰ ਪੈ ਗਈ ਸਾਡੇ ਰਿਸ਼ਤੇਦਾਰਾਂ ਦੇ ਆਹੀ ਕੋਸਤਾ ਟਰਾਂਸਫਾਰਮਰ ਦੇ ਘਰ ਦੂਰ ਤਾਂ ਸਿੱਧੀ ਵਾਈ ਟਰਾਂਸਫਾਰਮਰ ਦੇ ਖੰਭੇ ਉੱਪਰ ਲਾਈਟ ਆਉਂਦੀ ਸੀ ਖੰਭੇ ਤੋਂ ਉੱਥੇ ਸਪਲਾਈ ਕਰੇ ਇਹਨਾਂ ਨੇ ਸਟੈਪ ਲੇਜੇ ਲਾਤਾ ਇੱਕ ਸਟੈਪ ਲੇਜੇ ਹੋਰ ਲੈਂਦਾ ਉੱਤੇ ਗਾਹਾਂ ਦੋ ਲੱਗ ਗਏ ਉਹਨਾਂ ਨੇ ਵੀ ਲਾਈਟ ਪੂਰੀ ਨਹੀਂ ਕਰੀ ਹੈਗੀ ਫਿਰ ਬਿਜਲੀ ਵਾਲੇ ਬੰਦੇ ਮੁੰਡੇ ਨੇ ਕਿਹਾ ਕਹਿੰਦਾ ਵੀ ਕੇਬਲ ਸਿੱਧੀ ਪਾਉਣੀ ਪੈਣੀ ਟਰਾਂਸਫਾਰਮ ਕੋਲੋਂ ਸਿੱਧੀ ਕੇਬਲ ਲੈ ਕੇ ਆਏ ਹੁਣ ਦੇਖ ਲਓ ਸਟੈਪ ਲੇਜਰ ਵੀ ਲੋੜ ਨਹੀਂ ਪਈ ਤਾਂ ਫਿਰ ਤਾਂ ਲੈਟ ਟੁੱਟ ਗਿਆ ਸਟੈਪ ਲੇਜਰ ਜੇ ਲੈ ਕੇਬਲ ਜਣੀ ਆਪਣੀ ਲੈ ਕੇ ਆਏ ਇਹ ਕੇਬਲ ਪਾ ਜਾਨੂੰ ਸ਼ਹਿਰਾਂ ਮੈਂ ਬੈਗਰ ਚੱਲਦੇ ਸਟੈਪ ਲੇਜਰ ਤੇ ਕਿ ਲੈਟ ਪੂਰੀ ਉੱਥੇ ਮੈਨੂੰ ਕੇਬਲ ਵੀ ਬਹੁਤ ਲੰਬੀ ਪਾ ਜਣੀ ਫਿਰ ਤਾਂ ਖਾਤਾ ਉਹ ਬਾਈ ਮੈਂ ਕਹਿੰਦਾ ਪੈਸੇ ਇਕੱਠੇ ਕਰੋ ਟਰਾਂਸਫਰ ਰੱਖ ਲਓ ਬਾਈ ਕੀ ਕੰਮ ਕਰਨਾ ਇਹ ਪਤਾ ਨਹੀਂ ਕਦੋਂ ਹੋਣੀ ਉਹਦੇ ਤੇ ਦਰਖਾਸਤ ਦੇ ਦੇਵੇ ਆ ਮੈਂ ਤਾਂ ਆਪ ਕਹਿੰਦਾ ਦਰਖਾਸਤ ਦੇਣੀ ਯਾਰ ਦੇਣੀ ਹੋ ਪੈਣੀ ਲੋੜ ਵਧਾਇਆ ਮੈਂ ਤਾਂ ਲੋੜ ਵਧਾ ਕੇ ਆਇਆ ਸਪੈਸ਼ਲ ਯਾਰ ਉਹਦੇ ਹਿਸਾਬ ਨਾਲ 5.5 ਲੋੜ ਕਰਾ ਕੇ ਆਇਆ ਮੈਂ ਸਪੈਸ਼ਲ ਤੇ ਹਲੇ ਮੈਨੂੰ ਕੀ ਫਾਇਦਾ ਹੀ ਨਹੀਂ ਹੈਗਾ ਨਹੀਂ ਨਹੀਂ ਦਰਖਾਸਤ ਆ ਫਿਰ ਇਹਦੀ ਉਹਨਾਂ ਨੇ ਆਪੇ ਚੈੱਕ ਕਰਕੇ ਰੱਖਣਗੇ ਟਰਾਂਸਫਾਰਮ ਜਾਂ ਪਤਾ ਇੱਕ ਲਾਸਟ 'ਚ ਮੈਂ ਕਹਿੰਦਾ ਲਾਸਟ 'ਚ ਤੁਹਾਡਾ ਹੀ ਪੈਂਦਾ ਇੱਥੇ ਸਾਰਿਆਂ ਦੇ ਲਾਸਟ ਦੂਰ ਆ ਟਰਾਂਸਫਾਰਮ ਦੂਰ ਬਹੁਤ ਬਹੁਤ ਦੂਰ ਚਲੇ ਜਾਂਦਾ ਲਾਸਟ ਜਿਹੜਾ ਚੱਕੀ ਪਰ ਰੱਖਿਆ ਹੋਇਆ ਕਾਲੇ ਰੰਗ ਨਹੀਂ ਆਉਂਦਾ ਉਹਦੇ ਪਰ ਲੋਡ ਘੱਟ ਹੈ ਮੇਰਾ ਜੀ ਉਹ 100 ਦਾ ਰੱਖਿਆ ਉੱਧਰ ਹਾਂ ਉਹ ਲੋਡ ਘੱਟ ਹੈ ਜਿਹੜਾ ਉਹ ਚੱਕੀ ਪਰ ਕਾਲੇ ਨੇ ਆਉਂਦਾ ਇੱਧਰ ਤੇ ਕਿਹੜਾ ਚੱਕੀ ਪਰ ਕਿਹੜਾ 100 ਦਾ ਉਹ ਤਾਂ ਗਾਂ ਤਾਂ ਉੱਥੇ ਰੱਖਤਾ ਹੁਣ ਉਹ ਤਾਂ ਚੱਕੀ ਤੇ ਇੱਥੇ ਆ ਗਿਆ ਉਹ ਤਾਂ ਆਹ ਰੱਖਤਾ ਉਰੇ ਆ ਗਿਆ ਖੁੰਜੇ ਪਰ ਆ ਗਿਆ ਉਹ ਹਾਂ ਉਹ ਪਰ ਲੋਡ ਘੱਟ ਹੈ ਉਹ ਵੰਡਣਾ ਚਾਹੀਦਾ ਮੈਂ ਦਾਰ ਬਾਰ ਮੈਂ ਹਿੱਦੀ ਤੇ ਅਮਨੇ ਨਾਲ ਪਾਈ ਵੀ ਅਮਨੇ ਨਾਲ ਪਾਈ ਵੀ ਅਮਨੇ ਦੇ ਕੰਮ ਮੇਰੇ ਕੋਲ ਆਣੀ ਅਮਨੇ ਨਾਲ ਤੇ ਉੱਥੇ ਤਾਂ ਕੇਬਲ ਤੈਨੂੰ ਐਡ ਬਹੁਤ ਹੀ ਨਹੀਂ ਪੈਣੀ ਹੈਗੀ ਫਿਰ ਉਹ ਅਮਨੇ ਦੀ ਕੇਬਲ ਥੋੜੀ ਟੋਜੋ ਜੋੜ ਪਾਉਂਗਾ ਮੈਂ ਉਹਨਾਂ ਨੇ ਸਪੈਸ਼ਲ ਕੇਬਲ ਪਾਈ ਆਪਣੀ ਹਾਂ ਪਾਈ ਆ ਤਾਂ ਹੀ ਜੇ ਮੈਂ ਜੋੜ ਪਾ ਲਿਆ ਫਿਰ ਉਹਦੀ ਲਾਈਟ ਅੱਧੀ ਰਹਿਣੀ ਵਿੱਚ ਤੇ ਚੱਕਰ ਆ ਵੀ ਉਹੀ ਪੈ ਜਾਣਾ ਚੈੱਕ ਕਰਾਉਣੀ ਪੈਣੀ ਆ ਬਾਈ ਪਰ ਅਮਨੇ ਨਾਲ ਇਹਨੂੰ ਪੈਣਾ ਵੀ ਨਹੀਂ ਹੈਗਾ ਅਮਨੇ ਦਾ ਮੀਟਰ ਪਤਾ ਨਹੀਂ ਕਿੱਥੇ ਹੋਣਾ ਮੀਟਰ ਨੂੰ ਪਈ ਆ ਇਹਨੇ ਚੱਕਰ ਆਇਆ ਨਾ ਬਿਜਲੀ ਨਹੀਂ ਬਾਈ ਆਪ ਪਾਈ ਨੇ ਆਪਣੇ ਪੈਸਿਆਂ ਦਾ ਖਰਚਾ ਖਰਚਾ ਆਪ ਕਰਿਆ ਜੇ ਸਰਕਾਰੀ ਅਫਸਰ ਦਾ ਬੰਦਾ ਪਾ ਲਵੇ ਨਹੀਂ ਨਹੀਂ ਹੁਣ ਪਤਾ ਲੱਗਦਾ ਸੰਦਾ ਸਾਡਾ ਕਹਿੰਦਾ ਮੌਜ ਲੱਗੀ ਪਈ ਹੈ ਸਾੜ ਕੇ ਲੜ ਖੋ ਉਹ ਮੌਜੇ ਆ ਹੁਣ ਵੀ ਫਿਰ ਕਿਆ ਹੋਇਆ ਹੈ ਹੁਣ ਵੀ ਮੌਜੇ ਆ ਹੁਣ ਵੀ ਮੌਜੇ ਕੋਈ ਹੱਥ ਆਏ ਮਾਲਿਆ ਦੇ ਮੱਛਰ ਬੈਠ ਗਿਆ ਕੋਈ ਆਏ ਨਾ ਜਾ ਹੁਣ ਬੱਜ ਚੱਲਦਾ ਫੇਰ ਮੱਛਰ ਨਹੀਂ ਨੇੜੇ ਆਉਂਦਾ ਹੈਗਾ ਮੈਂ ਲੈਟ ਨਾ ਭੱਜੇ ਇੱਕ ਮਹੀਨੇ ਪਵੇ ਵਾਹ ਰਾਤ ਨੂੰ ਇੱਕ ਰਾਤ ਨੂੰ ਵੀ ਪੈਂਦਾ ਜਕੜਾ ਪੈਂਦਾ ਰਹਿੰਦਾ ਕੋਈ ਜਾਂ ਲੈਟ ਭੱਜ ਜਾਂਦੀ ਫੇਰ ਤਿੰਦਾ ਨਹੀਂ ਬੈਠ ਦਿੰਦਾ ਇਹਨੂੰ ਉਹ ਜਨਰੇਟਰ ਸ਼ਾਰਟ ਕਰ ਲੈਂਦਾ ਉਹ ਟਕ 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 ਇੱਕੇ ਮੁੱਠ ਤੇ ਚੱਲੀ ਜਾਂਦਾ ਸੀ ਰਾਤ ਇੰਨੇ ਨੂੰ ਮੈਂ ਕਾਲ ਸਟਾਰਟ ਆ ਜਾਂ ਪਹਿਲੀ ਵਾਰ ਦੱਸੇ ਕਹਿੰਦਾ ਵੀ ਇਹ ਕਹਿੰਦਾ 1:13 ਪਰ ਬੰਦ ਹੋਇਆ ਕਹਿੰਦਾ ਜਦ ਮੈਂ ਸੁੱਤਾ ਤਿੰਦਾ ਕਹਿੰਦਾ ਤੇਲ ਮੁੱਕਿਆ ਤਾ ਕਹਿੰਦਾ ਉਹਦਾ ਕਹਿੰਦਾ ਮਹਾ ਕਹਿੰਦਾ ਮੈਂ ਤੇਲ ਇੰਨਾ ਕੋਲ ਇੰਨੇ ਕੁ ਟਾਈਮ ਬੰਦ ਹੋ ਜਾਵੇ ਜਾਂ ਦੂਏ ਦਿਨ ਭੱਜੀ ਮਹਾ ਤਿੰਦੇ ਰਾਤ ਲਾਈਟ ਕਿਆ ਵਜੇ ਭੱਜੀ ਕਹਿੰਦਾ ਰਾਤ ਭੱਜੀ 1:00 ਮੈਂ ਫਿਰ ਜਨਰੇਟਰ ਚਲਾਇਆ ਕਹਿੰਦਾ ਹਾਂ ਜਨਰੇਟਰ ਚਲਾਇਆ ਕਹਿੰਦਾ ਫਿਰ 5:15 ਬੰਦ ਹੋ ਗਿਆ ਆਪੇ ਤੇਲ ਉਹਨੇ ਮੁੱਕਿਆ ਪੰਪ ਕਿਆ ਕਰੂਗਾ ਉਹਦਾ ਫਿਰ ਮਾਵੇਂ ਦਾ ਛੇਤੀ ਉਹ ਕੰਮ ਕਰਾਉਣਾ ਲੈਣਾ ਹੋਰ ਕੀ ਕਰਨਾ ਲੈ ਕਹਿੰਦਾ ਆਏ ਕੰਮ ਮੋੜ ਲੱਗੇ ਸਰ ਗਿਆ ਨਾ 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 ਇੰਨੀ ਹਾਂ ਉਹ ਬੰਦ ਨਹੀਂ ਕਰਦਾ ਤੇਲੇ ਮੁੱਕੂਗਾ ਤੇਲੇ ਮੁੱਕਦਾ ਉਹ ਪਾਉਂਦੀ ਉਹਨਾਂ ਕਾ ਤਾਂ 2-4 ਲੀਟਰ ਪਾਉਣਾ ਉਹਨੇ ਬਸ ਵੀ ਆਏ ਬੰਦ ਹੋ ਜਾਵੇ ਮਾਤਾ ਪੰਪ ਜਿਹੜਾ ਕੰਮ ਤੇਰੇ ਦਾ ਹੋ ਜਾਣਾ ਪੰਪ ਨੇ ਚੱਕਣੇ ਕਾ ਜਿਹੜਾ ਫਜਲ ਚੱਕਣਾ ਸਭ ਕੁਝ ਚੱਕਣਾ ਉਹਨੇ ਖਤਮੇ ਹੋਣਾ ਪੰਪ ਨੇ ਜਿਹੜਾ ਇੱਕਣਾ ਹੋ ਜਾਣਾ ਪੈਂਦਾ ਫੱਕਦਾ ਪੈਂਦਾ ਫੱਕਦਾ ਪੈਂਦਾ ਫੱਕਦਾ ਪੈਂਦਾ ਉਹ ਹੁਣ ਪੱਟ ਲੋ ਹੁਣ ਆਰਾਮ ਕਰਨ ਹੁਣ ਆਰਾਮ ਕਰਨੇ ਨੇ 4 ਤਾਂ ਵੱਜ ਗਏ ਹੈ ਮੀਮੂ ਦਾ ਕਿਹਾ ਸਾਬ ਹੁਣ ਫਿਰ ਕਿੰਨਾ ਖਾ ਕਿੰਨਾ ਕਿ ਨਹੀਂ ਨੈਟ ਤਾਂ ਯਾਰ 80% ਦੱਸਦਾ ਨਾ ਜਿੰਨਾ ਪਿਆ ਕੋ ਹੈ ਪਾਣੀ ਖੜੇਗਾ ਨਹੀਂ 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 ਪਾਣੀ ਖੜੇ ਨਹੀਂ ਪਾਣੀ ਕੇ ਖੜਨਾ ਗੰਨੇ ਗੁਨੇ ਚ ਫਰਕ ਪਿਆ ਕੋ ਨਹੀਂ ਤੈਨੂੰ ਇੰਨਾ ਕ ਫਰਕ ਹੈਗਾ ਮਾੜਾ ਜਿਹਾ ਹੈਗਾ ਇੱਕ ਤਾਂ ਦਿਨ ਗੰਨੇ ਗੁਨੇ ਠੀਕ ਰਿਹਾ ਹੋਣਾ ਕਾਨੂੰ ਗੰਨੇ ਵਾਸਤੇ ਠੀਕ ਹੈ ਗੋਭੀ ਗਰਿਆ ਸਿੱਧਾ ਭਲਾਓ ਜੀ ਹਾਂ ਉਹ ਜਿਹੜੀ ਠੀਕ ਆ ਹੁਣ ਜਿਹੜੀ ਪਾਣੀ ਮੰਗਦੀ ਇਹਨੂੰ ਠੀਕ ਹੈ ਇਹਨੂੰ ਠੀਕ ਆ 2-3 ਦਿਨ ਕੱਢੂਗੀ ਜੇ ਹੁਣ ਪਾਣੀ ਲਾਉਂਦੇ ਆ ਫਿਰ ਜੇ 20 ਪੈ ਗਿਆ ਫਿਰ ਮਰਦੀ ਆ ਇਹ ਵਿਚਾਰੀ ਨੂੰ ਪਾਣੀ ਲੱਗਿਆ ਦਾ ਲਾਉਣ ਪਹਿਲਾਂ ਰਾਤ ਨੂੰ ਵੀ ਸੋਹਣਾ ਪਿਆ ਉਹ ਜਿਹੜਾ ਪਿਆ ਇੰਨੇ ਜਾਨ ਜੀ ਪੈ ਗਈ ਤੇ ਵਿਚਾਰੀ ਸੋਹਣੀ ਵੱਧ ਗਈ ਜੇ ਕਿਤੇ ਪਾਣੀ ਲੱਗ ਜਾਂਦਾ ਉਹਨੇ ਦੱਬ ਲੈਣ ਦੀ ਇੱਕ ਵਾਰ ਵੀ ਹੁਣ ਆ ਫਿਰ ਪਈ ਜਾਂਦੇ ਇੱਕ ਹੁਣ ਪਲ ਜਾਣਾ ਇਹਨਾਂ ਬਗੈਰ ਪਾਣੀ ਦੀ ਮੋਟਰ ਦਾ ਪਾਣੀ ਲੋੜ ਨਹੀਂ ਪੈਣੀ ਹੈਗੀ ਮੀਹਾਂ ਗੱਲੇ ਸਰ ਜਾਣਾ ਹੁਣ ਜਿਹੜਾ ਹੈਗਾ ਤੁਸੀਂ ਉੱਥੇ ਕਾਹਦੇ ਨਹੀਂ ਬੈਠੇ ਹੈਗੇ ਫੋਰਮੈਨ ਪਿਆ ਫੋਰਮੈਨ ਪਾ ਭਾਈ
ਆਪਾਂ ਰਾਖਾਂ ਆ।